ਆਪਨੂੰ ਹਮਲਾ ਹੋਇਆ ਸਰ ਕੀ ਮਾਮਲਾ ਕੀ ਹੈ ਕਾਰਵਾਈ ਕੀ ਹੈ ਇਹ ਸਾਨੂੰ ਇਤਲਾਹ ਮਿਲੀ ਸੀ ਕਿ ਬੱਧਣੀ ਕਲਾਂ ਵਿਖੇ ਕੁਲਵਿੰਦਰ ਸਿੰਘ ਕਬੱਡੀ ਖਿਡਾਰੀ ਆ ਇਹਦੀ ਮਾਤਾ ਸ਼ੱਕੀ ਹਾਲ ਦੇ ਵਿੱਚ ਇਹ ਜ਼ਖਮੀ ਹੋਈ ਆ ਅਤੇ ਅਸੀਂ ਮੌਕੇ 'ਤੇ ਪਹੁੰਚ ਕੇ ਅਸੀਂ ਇਹਦੀ ਡੂੰਘਾਈ ਦੇ ਨਾਲ ਪੜਤਾਲ ਕਰ ਰਹੇ ਸਰ ਕੀ ਸਾਹਮਣੇ ਕੀ ਆ ਰਿਹਾ ਕੀ ਲੱਗ ਰਿਹਾ ਹਜੇ ਤੱਕ ਇਹ ਅਸੀਂ ਆਲੇ ਦੁਆਲੇ ਸੀਸੀ ਫੁਟੇਜ ਅਤੇ ਹੋਰ ਆਲੇ ਦੁਆਲੇ ਜਿਹੜੇ ਕੋਈ ਚਸਮਦੀਦ ਗਵਾਹ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਅਤੇ ਮੈਨੂੰ ਉਮੀਦ ਆ ਵੀ ਇਹ ਬਹੁਤ ਛੇਤੀ ਤੋਂ ਛੇਤੀ ਇਹ ਜਿਹੜਾ ਮਾਮਲਾ ਹੱਲ ਕੀਤਾ ਜਾਵੇ ਕਿੰਨੇ ਜਣੇ ਜ਼ਖਮੀ ਹੋਏ ਸਰ ਇਹ ਇਕੱਲੀ ਇਹਦੀ ਇੱਕੋ ਮਾਤਾ ਜਖਮੀ ਕੀ ਹਾਲਾਤ ਕੀ ਨੇ ਉਹਨਾਂ ਦੇ ਉਹ ਹੁਣ ਤਾਂ ਸਟੇਬਲ ਆ ਡੀ ਐਮ ਸੀ ਦਾਖਲ ਆ ਅਤੇ ਸਟੇਬਲ ਆ ਅਤੇ ਉਹਨਾਂ 'ਤੇ ਕੋਈ ਸ਼ਾਰਪ ਵੈਪਨ ਦੇ ਹੀ ਉਹਨਾਂ ਦੇ ਨਿਸ਼ਾਨ ਆ ਕੋਈ ਫਾਇਰ ਇੰਜਰੀ ਦਾ ਕੋਈ ਵੀ ਨਿਸ਼ਾਨ ਨਹੀਂ ਕੀ ਸਰ ਹਜੇ ਤੱਕ ਸਾਹਮਣੇ ਕੀ ਆਇਆ ਕਿ ਲੋਕ ਘਰੇ ਆਏ ਸੀ ਕੌਣ ਕੀ ਸੀ ਇਹ ਅਜੇ ਸਾਡੀ ਪੜਤਾਲ ਦਾ ਹਿੱਸਾ ਅਤੇ ਛੇਤੀ ਹੀ ਤੁਹਾਨੂੰ ਇਹਦੇ ਬਾਰੇ ਸਾਰੇ ਸਹੀ ਤੱਤ ਸਾਹਮਣੇ ਲਿਆ ਕੇ ਤੁਹਾਨੂੰ ਦੱਸਿਆ ਜਾਊਗਾ ਸਰ ਮਾਤਾ ਦੇ ਮੁੰਡੇ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਜੀ ਉਹ ਸਾਡੀ ਜਿਹੜੀ ਤਫਤੀਸ਼ ਆ ਤਫਤੀਸ਼ ਦੇ ਵਿੱਚ ਜਿਹਨੂੰ ਵੀ ਸਾਨੂੰ ਪੁੱਛਗਿੱਛ ਕਰਨ ਦੀ ਲੋੜ ਪਈ ਅਸੀਂ ਉਹ ਤੋਂ ਪੁੱਛਗਿੱਛ ਕਰਾਂਗੇ ਸਰ ਇੱਕ ਕਬੱਡੀ ਖਿਡਾਰੀ ਵੱਲੋਂ ਇੱਕ ਵੀਡੀਓ ਵੀ ਵਾਇਰਲ ਕੀਤੀ ਜਾ ਰਹੀ ਜਿਹਦੇ ਵਿੱਚ ਕੁਝ ਹੋਰ ਖਿਡਾਰੀਆਂ ਦਾ ਜਿਹੜਾ ਨਾਮ ਲਿਆ ਜਾ ਰਿਹਾ ਕਿ ਖਿਡਾਰੀਆਂ ਨੂੰ ਜਿਹੜੀ ਮੇਰੀ ਇਹ ਖੇਡ ਪਸੰਦ ਨਹੀਂ ਸੀ ਉਹਦੀ ਵੀ ਅਸੀਂ ਡੂੰਘਾਈ ਦੇ ਨਾਲ ਪੜਤਾਲ ਕਰ ਰਹੇ ਹਾਂ ਅਤੇ ਸਰ ਪਰਿਵਾਰ ਕਿੱਥੇ ਹੁਣ ਸਾਰਾ ਘਰ 'ਚ ਕੋਈ ਹੈ ਨਹੀਂ ਤਾਰਾ ਲੱਗਾ ਇਹਨਾਂ ਦੇ ਘਰ ਦੇ ਵਿੱਚ ਇੱਕ ਇਹਦਾ ਪਿਤਾ ਅਤੇ ਮਾਤਾ ਅਤੇ ਇਹ ਕਬੱਡੀ ਖਿਡਾਰੀ ਇਹਦਾ ਪਹਿਲਾਂ ਕਿਸੇ ਕਾਰਨ ਕਰਕੇ ਡਿਵੋਰਸ ਹੋ ਗਿਆ ਸੀ ਤਿੰਨ ਜਣੇ ਹੀ ਆ ਇਹ ਪਰਿਵਾਰ ਦੇ ਵਿੱਚ ਮੁੰਡਾ ਨਸ਼ੇ ਦਾ ਵੀ ਆਦੀ ਆ ਜੀ ਕੋਈ ਇਸ ਸਟੇਜ 'ਤੇ ਨਹੀਂ ਕੁਛ ਵੀ ਕਿਹਾ ਜਾ ਸਕਦਾ